ਾਰੇ ਹੀ ਦਰਸ਼ਕਾਂ ਨੂੰ ਸੁਖਵੀਰ ਸੋਢੀ ਵੱਲੋਂ ਪਿਆਰ ਭੇਸ ਸਤਿ ਸ੍ਰੀ ਅਕਾਲ ਦੋਸਤੋ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਨਵੇਂ ਕਲਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ حاضر ਹੋਏ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਾਕਾਰ ਮਿਲਾਵਾਂਗਾ ਉਹਨਾਂ ਕਲਾਕਾਰਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀ ਜਾਣ ਸਕੋਗੇ ਕਿ ਉਹ ਕਲਾਕਾਰ ਕੌਣ ਨੇ ਤਲਵਿੰਦਰ ਜੀ ਇੱਥੇ ਜਰੂਰ ਮੈਂ ਤੁਹਾਨੂੰ ਪੁੱਛਾਂਗਾ ਤੁਸੀਂ ਅਮੀਰ ਵਿਰਸੇ ਦੀ ਗੱਲ ਕੀਤੀ ਹੈ ਅਕਸਰਸੀਂ ਆਮ ਸੁਣਦੇ ਵੀ ਹਾਂ ਔਰ ਕਈਆਂ ਤੋਂ ਖਾਸ ਤੌਰ ਤੇ ਆਪਾਂ ਅਮੀਰ ਵਿਰਸਾ ਕਿਹਨੂੰ ਕਹਿੰਦੇ ਹਾਂ ਵਰਸਾ ਮੀਰਿੱਤਾਂ ਜੀ ਜਿਹੜੇ ਜਿਹੜੀ ਕੌਮ ਨੇ ਜਿਆਦਾ ਝਖੜ ਦੇਖੇ ਹੋਣ ਜਿਹੜੀ ਕੌਮ ਨੇ ਜਿਆਦਾ ਮਾਰਾਂ ਦੇਖੀਆਂ ਹੋਣ ਜਿਹੜੀ ਮਾਂ ਬੋਲੀ ਨੇ ਜਿਵੇਂ ਸਾਡੀ ਪੰਜਾਬੀ ਮਾਂ ਬੋਲੀ ਉਹਦੇ ਨਾਲ ਇੰਨਾ thro ਹੋਇਆ ਕਿ ਕਿਸੇ ਹੋਰ ਬੋਲੀ ਨਾਲ ਇੰਨਾ thro ਨਹੀਂ ਹੋਇਆ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਉਹ ਇੱਕੋ ਹੀ ਇੱਕ ਵਰਲਡ ਵੀ ਇੱਕ ਪੰਜਾਬੀ ਹੈ ਬੋਲੀ ਜਿਹਦੇ ਨਾਲ ਇੰਨਾ thro ਹੋਇਆ ਕਿ ਉਹਨੂੰ ਦੋ ਲਿਪੀਆਂ ਚ ਲਿਖਿਆ ਜਾਂਦਾ ਹੈ ਇੱਕ ਗੁਰਮੁਖੀ ਲਿਪੀ ਤੇ ਇੱਕ ਸ਼ਾਹਮੁਖੀ ਲਿਪੀ ਸ਼ਾਹਮੁਖੀ ਵਾਲੇ ਗੁਰਮੁਖੀ ਨਹੀਂ ਪੜ ਸਕਦੇ ਗੁਰਮੁਖੀ ਵਾਲੇ ਸ਼ਾਹਮੁਖੀ ਨਹੀਂ ਪੜ ਸਕਦੇ ਹਾਲਾਂ ਬੋਲਦੇ ਅਸੀਂ ਜਦੋਂ ਇਕੱਠੇ ਮੁਖਾਤਬ ਹੁੰਨੇ ਇੱਕ ਦੂਜੇ ਨੂੰ ਇੱਕੋ ਜਿਹਾ ਬੋਲਦੇ ਪਰ ਇੱਕ ਦੂਜੇ ਦੀ ਲਿਖੀ ਪੜ ਨਹੀਂ ਸਕਦੇ ਸੋ ਇਦੋਂ ਵੱਡਾ ਧਰੋਹ ਕੀ ਹੋ ਸਕਦਾ ਔਰ ਉਹ ਜਿਹੜਾ ਵਿਰਸਾ ਹੁੰਦਾ ਵਿਰਸੇ ਦੇ ਵਿੱਚ ਜਿੰਨੀਆਂ ਮਾਰਾਂ ਕਿਸੇ ਨੂੰ ਜਿੰਨੇ ਛਖੜ ਕਿਸੇ ਦਰਖਤ ਨੂੰ ਪੈਣ ਉਹਦੇ ਟਾਣੇ ਟੁੱਟ ਟੁੱਟ ਨਵੇਂ ਆਉਂਦੇ ਆ ਜਾਂ ਏਸੀ ਤਰ੍ਹਾਂ ਸਾਡੀ ਵਿਰਸੇ ਦੇ ਸਾਡੇ ਸ਼ਹੀਦ ਵੀ ਬਹੁਤ ਨੇ ਕਿਉਂਕਿ ਮਾਰਾਂ ਬਹੁਤ ਪਈਆਂ ਔਰ ਸਾਡੇ ਵਿਰਸੇ ਦੇ ਵਿੱਚ ਚੀਜ਼ਾਂ ਬਹੁਤ ਨੇ ਕਿਉਂਕਿ ਵਿਸ਼ਾਲ ਵਿਰਸਾ ਸੀ ਖੇਤਰ ਵਿਸ਼ਾਲ ਸੀ ਜੇ ਅੱਜ ਪੰਜਾਬ ਦੀ ਗੱਲ ਕਰੀਏ ਤਾਂ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਸप्त ਸਿੰਧੂ ਪਹਿਲਾਂ ਕਿਹਾ ਜਾਂਦਾ ਸੀ ਜੇ ਆਪਾਂ ਪੰਜਾਬ ਦੀ ਗੱਲ ਪਹਿਲਾਂ ਤੋਂ ਕਰੀਏ ਉਹਦਾ ਪੰਜਾਬ ਨਾਂ ਨਹੀਂ ਸੀ ਸप्त ਸਿੰਧੂ ਸੀ ਉਹਦੇ ਵਿੱਚ 7 دریا ਵਗਦੇ ਸੀਗੇ ਔਰ ਸੱਤਾਂ ਤੋਂ ਕੱਟ ਕੇ ਪੰਜ ਕੀਤੇ ਗਏ ਔਰ ਪੰਜਾਂ ਤੋਂ ਕੱਟ ਕੇ ਦੋ-ਦੋ ਕਰਤੇ ਗਏ ਇੱਕ ਉਹ ਪੰਜ ਭਰਾ ਸੀ ਜਿਵੇਂ ਕਹਿੰਦੇ ਜੀ ਜਦੋਂ ਉਹਨਾਂ ਦਾ ਵਿਛੋੜਾ ਪੈ ਗਿਆ ਇੱਕ ਤਾਂ ਵਿੱਚੋਂ ਕਿਤੇ ਚ ਗਾਇਬ ਹੀ ਹੋ ਗਿਆ ਹੂੰ ਹੂੰ ਤੇ ਉਹ ਜਿਹੜਾ ਰਾਵੀ ਜੇਲਮ ਸਤਲੁਜ ਬਿਆਸ ਚਨਾਹ ਜਿਹੜਾ ਸੀ ਉਹਦੇ ਵਿੱਚੋਂ ਇੱਕ ਗੈਬ ਹੀ ਹੋ ਗਿਆ ਦੋ ਦੋ ਦਰਿਆ ਰਹਿ ਗਏ ਤੇ ਉਹਨਾਂ ਨੂੰ ਦੋ ਦੋ ਨੂੰ ਵੰਡ ਕੇ ਅਸੀਂ ਪੰਜਾਬ ਕਹੀ ਜਾਂਦੇ ਜਿਵੇਂ ਨੂਰਨ ਲਾਲ ਜੀ ਨੇ ਮੇਰਾ ਗੀਤ ਗਾਇਆ ਇੱਕ ਇਹ ਪੰਜਾਬੀ ਮਾਂ ਦੇ ਪੁੱਤਰ ਹਾਂ ਘਰ ਵੰਡ ਵੰਡਾ ਕੇ ਵਹਿ ਗਏ ਹਾਂ ਇੱਕ ਇਲਤ ਫਰੰਗੀ ਦੀ ਪਿੱਛੇ ਪਾਈਆਂ ਤੋਂ ਟੁੱਟ ਕੇ ਰਹਿ ਗਏ ਹਾਂ ਰਾਵੀ ਜੇਲਮ ਸਤਲੁਜ ਬਿਆਸ ਚਨਾਹ ਕਹਿੰਦੇ ਤੱਕ ਦੇ ਸੀ ਪੰਜਾਬ ਅਸੀਂ ਦੋ ਦੋ ਦਰਿਆਵਾਂ ਨੂੰ ਵੰਡ ਕੇ ਕਿਵੇਂ ਕਹਿੰਦੇ ਆਂ ਪੰਜਾਬ ਅਸੀਂ ਬਹੁਤ ਅੱਛਾ ਜੀ ਤੁਸੀਂ ਜਿੱਦਾਂ ਗੱਲ ਕੀਤੀ ਸੀ ਕਿ ਤੁਸੀਂ ਜਿਹੜੀਆਂ ਗੱਲਾਂ ਦਸੀਆਂ ਸਟ੍ਰਗਲ ਵਾਲੀਆਂ ਦਸੀਆਂ ਕਿ ਸਾਡੀ ਕੌਮ ਨੂੰ ਬੜੀ ਸਟ੍ਰਗਲ ਕਰਨੀ ਪਈ ਸਾਡੇ ਮਤਲਬ ਜੋ ਸਾਡੇ ਸੱਭਿਆਚਾਰ ਵਿਰਸੇ ਨੂੰ ਜਿੱਦਾਂ ਅਪ ਅਮੀਰ ਵਿਰਸੇ ਦੀ ਮੈਂ ਸਿਰਫ ਜਾਨਣਾ ਚਾਹੁੰਦਾ ਸੀ ਕਿ ਅਮੀਰ ਵਿਰਸੇ ਅਮੀਰ ਵਿਰਸਾ ਉਹੀ ਹੈ ਜੀ ਜਿਹਦੇ ਵਿੱਚ ਜਿੰਨੀ ਸਟ੍ਰਗਲ ਕਰੋਗੇ ਉੰਨੀ ਕਮਾਈ ਜ਼ਿਆਦਾ ਹੋਊਗੀ ਔਰ ਉਹਦੇ ਵਿੱਚ ਉਹ ਚੀਜ਼ਾਂ ਕਮਾਈਆਂ ਜਾਣਗੀਆਂ ਵਿਰਸਾ ਅਮੀਰ ਚੀਜ਼ਾਂ ਤੇ ਉਹਨਾਂ ਲੋਕਾਂ ਨਾਲ ਹੁੰਦਾ ਸ਼ਹੀਦਾਂ ਨਾਲ ਜਿੰਨੇ ਸਾਡੇ ਸ਼ਹੀਦ ਜਿਆਦਾ ਉਹਨਾਂ ਵਿਰਸਾ ਅਮੀਰ ਇਹ ਅਮੀਰ ਵਿਰਸਾ ਜਿਹੜੀ ਵਿਰਾਸਤ ਅਮੀਰ ਉਹ ਹੁੰਦੀ ਆ ਜਿਹਦੇ ਵਿੱਚ ਸ਼ਹੀਦियां ਜਿਆਦਾ ਹੋਣ ਜਿਹਦੇ ਵਿੱਚ ਸਾਡੇ ਕੋਲ ਲਿਟਰੇਚਰ ਕਿੰਨਾ ਦੁਨੀਆਂ ਤੇ 102 ਧਰਮ ਰਜਿਸਟਰਡ ਹੈ ਉਹਨਾਂ ਦੇ ਵਿੱਚੋਂ ਆਪਾਂ ਜੇ ਧਰਮਾਂ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚੋਂ ਇੱਕ ਸਿੱਖ ਧਰਮ ਆਪਾਂ ਕਹਿੰਨੇ ਪਰ ਆਪਾਂ ਪੰਜਾਬੀ ਬੋਲੀ 'ਚ ਸਾਡੇ ਤਿੰਨ ਚਾਰ ਧਰਮ ਸਾਰੇ ਮਾਂ ਬੋਲੀ ਪਹਿਲਾਂ ਆਉਂਦੀ ਆ ਮੇਰੀ ਬੋਲੀ ਮੇਰਾ ਧਰਮ ਪਹਿਲਾਂ ਬੋਲੀ ਇੱਕ ਬੋਲੀ 'ਚ ਕਈ ਧਰਮ ਹੋ ਸਕਦੇ ਆ ਇੱਕ ਧਰਮ ਦੀ ਅਸੀਂ ਐਸਾ ਸਾਨੂੰ ਪਛੋੜਤਾ ਗਿਆ ਕਿ ਜਿਹੜੇ ਇਹ ਪੋਲੀਟੀਕਲ ਲੀਡਰਾਂ ਨੇ ਹਿੰਦੂਆਂ ਦੀ ਹਿੰਦੀ ਬਣਾਤੀ ਪੰਜਾਬੀ ਸਿੱਖਾਂ ਦੀ ਪੰਜਾਬੀ ਬਣਾਤੀ ਮੁਸਲਮਾਨਾਂ ਦੀ ਉਰਦੂ ਬਣਾਤੀ ਇਹ ਐਵੇਂ ਹੀ ਵੰਡਤਾ ਗਿਆ ਹਾਲਾਂਕਿ ਮੁਸਲਮਾਨ ਵੀ ਪੰਜਾਬੀ ਬੋਲਦੇ ਆ ਹਿੰਦੂ ਵੀ ਪੰਜਾਬੀ ਬੋਲਦੇ ਆ ਸਿੱਖ ਵੀ ਪੰਜਾਬੀ ਬੋਲਦੇ ਆ ਸਿੱਖ ਵੀ ਹਿੰਦੀ ਬੋਲਦੇ ਆ ਸਿੱਖ ਵੀ ਉਰਦੂ ਬੋਲਦੇ ਆ ਇਦਾਂ ਹੀ ਪਾਕਿਸਤਾਨ ਜਿਹੜੇ ਆਪਣੇ ਮੁਸਲਮਾਨ ਭਰਾ ਆ ਉਹ ਪੰਜਾਬੀ ਵੀ ਬੋਲਦੇ ਆ ਹਿੰਦੀ ਵੀ ਬੋਲਦੇ ਆ ਉਰਦੂ ਕੀ ਹੈ ਇੱਕ ਹਿੰਦੀ ਦੀ ਵਿਆਕਰਨ ਆਰਬੀ ਫਾਰਸੀ ਦੇ ਵਿੱਚ ਸਬਜੈਕਟ ਦੇਤੇ ਗਏ ਉਹ ਉਰਦੂ ਬਣ ਗਈ ਉਹ ਸਾਰਾ ਇਦਾਂ ਬੰਡਤਾ ਗਿਆ ਸਾਨੂੰ ਔਰ ਸਾਡਾ ਇਹੀ ਅਮੀਰ ਵਿਰਸਾ ਇਹੀ ਆ ਸਾਡਾ ਕਿ ਸਾਡੇ ਕੋਲ ਇਤਿਹਾਸ ਬਹੁਤ ਹੈ ਹੂੰ ਹੂੰ ਇਹ ਕੋਈ ਪੰਜਾਬੀ ਦਾ ਵਿਰਸਾ ਕਹਿ ਲਿਆ ਜਾਵੇ ਸਾਰੀਆਂ ਬੋਲੀਆਂ ਰਲਾ ਕੇ ਜੇ ਉਹਨਾਂ ਦਾ ਸਾਰੀਆਂ ਦਾ ਲਿਟਰੇਚਰ ਇਕੱਠਾ ਕਰ ਲਿਆ ਜਾਵੇ ਔਰ ਪੰਜਾਬੀ ਦਾ ਇੱਕ ਪਾਸੇ ਰੱਖ ਲਿਆ ਜਾਵੇ ਪੰਜਾਬੀ ਤੋਂ ਲਿਟਰੇਚਰ ਘਟਿਆ ਸਾਰਿਆਂ ਦਾ ਬਹੁਤ ਵਧੀਆ ਹੈ ਔਰ ਇਹਦੇ ਵਿੱਚੋ ਇਹੀ ਸਿੱਧ ਹੁੰਦਾ ਕਿ ਜਿੰਨਾ ਤੁਸੀਂ ਇਸ ਚੀਜ਼ ਨੂੰ ਜ਼ਿਆਦਾ ਰੜਕਦੇ ਹੋ ਤੁਸੀਂ ਮੱਖਣ ਵਧੀਆ ਮੱਖਣ ਵਧੀਆ ਨਿਕਲਦਾ ਸ਼ੰਕਰ ਜੀ ਦੱਸੋ ਕਿ ਤੁਸੀਂ ਬਹੁਤ ਸਾਰੇ ਮੱਲਾ ਮਾਰੀਆਂ ਔਰ ਬੜੀਆਂ ਥੋੜੀ ਪਿਛਲੇ ਗੀਤ ਨੇ ਤਾਂ ਬੜੀ ਤਹਿਲਕਾ ਮਚਾਈ ਬੱਗੇ ਬੱਗੇ ਬੈਰ ਰੱਖਣੇ ਉਹ ਵੀ ਤੁਹਾਡੇ ਤੋਂ ਸੁਣਾਗੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਕਿ ਅੱਜ ਕੱਲ ਤੁਸੀਂ ਜਿਹੜੇ ਨਵੀਂ ਮਾਰਕੀਟ ਚ ਕਿਹੜੀ ਚੀਜ਼ ਲੈ ਕੇ ਆ ਰਹੇ ਹਾਂ ਹਾਂ ਨਵੀਂ ਟੇਪ ਇਕਾਈਆ ਮੇਰੀ ਟੀਸੀਰੀ ਨੇ ਰਿਲੀਜ਼ ਕੀਤੀ ਆ ਹੋਣਾ ਰੱਖੀਏ ਕਿਸੇ ਨਾ 헤ਰ ਫੇਰ ਵੀ ਅਸੇ ਪੁੱਤ ਹਾਂ ਪੰਜਾਬੀ ਮਾਂ ਦੇ ਸ਼ੇਰ ਵਈ ਕਦੀ ਪਿੱਠ ਨਾ ਦਿਖਾਈਏ ਯਾਰੀ ਜੀ ਦੇ ਨਾਲ ਲਾਈਏ ਹੋ ਕਦੀ ਪਿੱਠ ਨਾ ਦਿਖਾਈਏ ਯਾਰੀ ਜੀ ਦੇ ਨਾਲ ਲਾਈਏ ਵੈਰ ਦਿਲ ਵਿੱਚ ਰੱਖੀਏ ਪੁਰਾਣੇ ਉੰਜ ਤਾਂ ਵਸੀ ਬੜੇ ਹਾਂ ਬੀਬੇ ਰਾਣੇ ਉੰਜ ਤਾਂ ਵਸੀ ਬੜੇ ਹਾਂ ਬੀਬੇ ਰਾਣੇ ਹੂੰ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ ਮੈਂ ਤਾਂ دیਵਾਨੀ ਉਸ ਯਾਰ ਕੀ ਮੈਨੂੰ ਯਾਦ ਆਵੇ ਸੋਨੇ ਯਾਰ ਦੀ ਉਸ ਤੋਂ ਬਾਅਦ ਸਫਰ ਚੱਲਦਾ ਰਿਹਾ ਚੱਲਦੇ ਰਿਹਾ ਗੱਲਾਂ ਬਾਤਾਂ ਵੀ ਕਰਦੇ ਹੋਰ ਨਵੀਆਂ ਤਾਜ਼ੀਆਂ ਵੀ ਸਲਾਮ ਬਿਲਕੁਲ ਬਿਲਕੁਲ ਤੇ ਇਹ ਟੇਪ ਆ ਨਹੀਂ ਹਰ ਕਲਾਕਾਰ ਨੂੰ ਚਾਹੀਦਾ ਕਿ ਹੌਸਲਾ ਨਹੀਂ ਛੱਡਣਾ ਚਾਹੀਦਾ ਜੇ ਟੇਪ ਆਈ ਆ ਤੇ ਅਗਲੇ ਅਗਲੇ ਦੀ ਤਿਆਰੀ ਕਰੋ ਜੇ ਇਹ ਨਹੀਂ ਚੱਲੀ ਹੋਰ ਚੱਲ ਜੂਗੀ ਐਵੇਂ ਹੌਸਲਾ ਨਹੀਂ ਟਾਣਾ ਚਾਹੀਦਾ ਇਸ ਕਰਕੇ ਮੈਂ ਤੁਹਾਨੂੰ ਜਿਹੜੀਆਂ ਆਈਆਂ ਟਿਪਾਂ ਬਾਰੇ ਦੱਸਣਾ ਚਾਹਨਾ ਕਿ ਜਿਹੜੀਆਂ ਚੱਲੀਆਂ ਆ ਉਹਦਾ ਥੋੜਾ ਥੋੜੀਆਂ ਜ਼ਿਆਦਾ ਨਹੀਂ ਫਿਰ ਵੀ ਬੰਦੇ ਨੇ ਹੌਸਲਾ ਨਹੀਂ ਢਾਣਾ ਚਾਹੀਦਾ ਉਹ ਟਿਪ ਮੇਰੀ ਆਈ ਸੀ ਡਾਂਗ ਚੁੱਕਣੀ ਤੇ ਮਸ਼ਖੁੰਡੀ ਰੱਖਣੀ ਫਿਰ ਥੋੜਾ ਸਟਾਈਲ ਚੇਂਜ ਕੀਤਾ ਮੈਂ ਸੈਡ ਸੌਂਗਾ ਤੋਂ ਥੋੜਾ ਹਟ ਕੇ ਹੋਇਆ ਕਹਿਣ ਦਾ ਹੁਣ ਜਿਹੜੀ ਗਲੀ ਵਿੱਚੋਂ ਜਾਈ ਅਸੀਂ ਲੰਗਨੀ ਜਾਨ ਸੋਹਣੀਆਂ ਦੀ ਦੇਈ ਅਸੀਂ ਟੰਗਨੀ ਜਿਹੜਾ ਛੇ ਚਾਰ ਕਰੇ ਨਾਲ ਸਾਡੇ ਨਹੀਂ ਦੇਣਾ ਠੋਕ ਮਿੱਤਰਾਂ ਨੇ ਉਹ ਡਾਂਗ ਚੁੱਕਣੀ ਤੇ ਮੁਛ ਖੁੰਡੀ ਰੱਖਣੀ ਦੋ ਸ਼ੌਕ ਮਿੱਤਰਾਂ ਦੇ ਡਾਂਗ ਚੁੱਕਣੀ ਤੇ ਮੁਛ ਖੁੰਡੀ ਰੱਖਣੀ ਦੋ ਸ਼ੌਕ ਮਿੱਤਰਾਂ ਦੇ ਤੇ ਇਸ ਟਿਪ ਦੇ ਵਿੱਚ ਇੱਕ ਗਾਣਾ ਸੈਡ ਸਿਗਾ ਜਿਹੜਾ ਕਿ ਉਹ ਮੇਰੇ ਯਾਰਾਂ ਦੋਸਤਾਂ ਨੂੰ ਬਲੰਗਸਵਾ ਨੂੰ ਬੜਾ ਪਸੰਦ ਹੈ ਜਦੋਂ ਮਿੱਤਰਾਂ ਦੀਆਂ ਮਹਿਫਲੇ ਆਉਨੀਆਂ ਉਦੋਂ ਸੈਡ Song ਜ਼ਿਆਦਾ ਗਾਈਦੇ ਮੈਂ ਦੱਸ ਦੇ ਨਾ ਕਰਦਾ ਹੂੰ ਮੁੱਦਤਾਂ ਤੋਂ ਬਾਅਦ ਆ ਜਾ કરી ਸਾਨੂੰ ਜਾ ਦਾ ਜਾ ਹਏ ਮਾਸ ਦਾ ਪਰੋਕੇ ਹਰ ਮਾਸ ਦਾ ਪਰੋਕੇ ਹਰੇ ਗਲੇ ਵਿੱਚ ਪਾ ਦਿਆਂਗੇ ਔਣ ਦਿੱਤੇ ਅੱਖ ਯਾਰ ਅੱਖੀਆਂ ਵਿਸਾ ਦਿਆਂਗੇ ਅੱਖੀਆਂ ਵਿਸਾ ਦਿਆਂਗੇ ਤੁਸੀਂ ਅੱਖਾਂ ਦੀ ਗੱਲ ਕੀਤੀ ਜੀ ਨਜ਼ਰਾਂ ਦੀ ਕੀਤੀ ਮੈਂ ਉੱਥੇ ਛੱਡਦਾ ਹੁਣ ਆਉਂ ਆਹ ਕੀ ਬਾਤ ਹੈ ਬਹੁਤ ਵਧੀਆ ਜੀ ਆਪਣੇ ਜਿੱਦਾਂ ਤੁਸੀਂ ਜਿਹੜਾ ਪ੍ਰੈਜ਼ੈਂਟਰ ਹੁੰਦਾ ਉਹਦੇ ਲਈ ਥੋੜਾ ਜਿਹਾ ਸੌਖਾ ਹੋ ਜਾਂਦਾ ਜੇ ਕਲਾਕਾਰ ਥੋੜਾ ਜਿਹਾ ਆਪੇ ਕੰਮ ਕਰਦਾ ਰਹੇ ਆਪੇ ਹੀ ਕੰਮ ਕਰਦਾ ਰਹੇ ਸਾਡੇ ਲਈ ਸੌਖਾ ਕੰਮ ਹੋ ਜਾਂਦਾ ਤੇ ਮੈਂ ਵੀ ਪੁੱਛਾਂਗਾ ਪਸ਼ੋਕਰ ਤੁਹਾਡਾ ਗਾਇਕੀ ਸ਼ੁਰੂਆਤ ਕਿੱਥੋਂ ਹੀ ਤੇ ਕਿਹੜੇ ਪਿੰਡ ਤੋਂ ਹੀ ਕਿਉਂਕਿ ਸੋਨ ਸ਼ੰਕਰ ਮੈਂ ਸ਼ੰਕ ਮੈਨੂੰ ਤਾਂ ਲੱਗਦਾ ਤੁਸੀਂ ਪਿੰਡ ਸ਼ੰਕਰ ਦੇ ਹੀ ਲੱਗਦੇ ਮੈਂ ਗੜ ਸ਼ੰਕਰ ਦਾ ਹਾਂ ਉਦਾਂ ਅੱਛਾ ਜੀ ਮੈਨੂੰ ਜਿੱਦਾਂ ਆਲ ਪਈਓ ਸੀ ਮੇਰੀ ਸੋਨ ਸੋਨ ਮੇਰਾ ਘਰ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸ ਦਿੰਨਾ ਮੇਰੇ ਸਕੂਲ ਦੇ ਵਿੱਚੋਂ ਕਿਦਾਂ ਚੇੜਕ ਹਮ ਸ਼ਰਾਰਤੀ ਤਾਂ ਸੀਗਾ ਹੀ ਪਰ ਉਹ ਠੀਕ ਠੀਕ ਹੀ ਲੱਗੇ ਸੀਗਾ ਤਾਂ ਬਹੁਤ ਵਧੀਆ ਨਹੀਂ ਸੀਗਾ ਪੜਨ ਨੂੰ ਜੀ ਆ ਕਿ ਜਦੋਂ ਭੈਣ ਜੀਆਂ ਦਾ ਉਹਦੋ ਟਾਈਮ ਹੁੰਦਾ ਸੀਗਾ ਜਦੋਂ ਅੱਧੀ ਛੁੱਟੀ ਹੋਣੀ ਉਹਨਾਂ ਨੇ ਕਹਿਣਾ ਚੱਲ ਵੇ ਉੱਠ ਕੇ ਖੜਾ ਹੋ ਜਾ ਸੁਣਾ ਗਾਣਾ ਕਿਹੜਾ ਆਉਂਦਾ ਤੁਹਾਨੂੰ ਹਮ ਉਸ ਵੇਲੇ ਕੀ ਬਾਦ ਸਾਬ ਦਾ ਗਾਣਾ ਹੁੰਦਾ ਸੀਗਾ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਮਾਏ ਰਬ ਦਾ ਨਾ ਉਹ ਦੁਨੀਆ ਵਾਲਿਓ ਵਾਹ ਜੀ ਵਾਹ ਉਸਤਾਦ ਤੇ ਉਹ ਤੋਂ ਬਾਅਦ ਮਾਨਕ ਸਾਹਿਬ ਦਾ ਗਾਣਾ ਤੇ ਬਰਸ਼ਾ ਦੀ ਹੀਰ ਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦਾ ਸੀ ਉਹਦੇ ਮੈਂ ਦੋ ਤੁਹਾਨੂੰ ਸੁਣਾ ਦਿੰਨਾ ਜਰੂਰ ਜਰੂਰ ਜੀ ਕਿਉਂਕਿ ਮੇਰੇ ਆਮ ਜਿਹੜੀ ਮੇਰੀ ਰੂਹ ਦੀ ਖਰਾਕ ਹੈ ਬਹੁਤ ਵਧੀਆ ਮੈਂ ਅੰਦਰੋਂ ਐਦਾਂ ਆ ਠੀਕ ਹੈ ਮਨੂੰ ਲੋਕਾਂ ਲਈ ਗਾਣਾ ਵੀ ਪੈਂਦਾ ਸੈਡ ਵੀ ਮੇਰੇ ਅੰਦਰ ਹੈਗੀ ਆ ਨਾ ਗੱਲ ਹੋ ਅੱਧੀ ਰਾਤ ਜਾ ਲੋਕੀ आम कर असीं इश्क जी कार कमाम दे हीर खू न गेड़ ਇਸ਼ਨਾਨ ਕਰੀਏ ਤੇ ਦਿਲਾਂ ਸੁੱਚਿਆਂ ਦੇ ਦਰਸ਼ ਪਾ ਆਮ ਦੇ ਬਹੁਤ ਮੇਰੀ ਸ਼ੁਰੂਆਤ ਹੋਈ ਸੀ ਬਾਬਾ ਜੀ ਬਹੁਤ ਵਧੀਆ ਗੱਲ ਹੈ ਜੀ ਮੈਂ ਜਿੱਤੋਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਸੰਘਰਸ਼ ਦੀ ਕੋਈ ਇਹੋ ਜਿਹਾ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ ਕਿ ਜੇ ਤੁਹਾਨੂੰ ਮੈਸੇਜ ਵੀ ਮਿਲਦਾ ਹੋਵੇ ਜ਼ਿੰਦਗੀ ਜਿਹੜੀ ਆ ਜ਼ਿੰਦਗੀ ਜੀਣੇ ਦਾ ਨਾਂ ਆ ਹੂੰ ਜ਼ਿੰਦਗੀ ਸੰਘਰਸ਼ ਦਾ ਨਾਂ ਆ ਰੋਜ਼ ਉੱਠਦੇ ਸਵੇਰ ਨੂੰ ਜ਼ਿੰਦਗੀ ਨਵਾਂ ਜਨਮ ਲੈਂਦੀ ਆ ਇਹ ਸਰੋਤਿਆਂ ਨੂੰ ਆ ਕਦੇ ਕਿਸੇ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ ਮੇਰਾ ਮੈਸੇਜ ਇਹ ਆ ਹੂੰ ਹੂੰ ਕਿ ਮੰਨ ਲਓ ਮੈਂ ਕਲਾਕਾਰਾਂ ਨੂੰ ਦੱਸਦਾ ਜਾਂ ਤੁਹਾਨੂੰ ਦੱਸਦਾ ਅਸੀਂ ਇੱਕ ਵਾਰੀ ਕਿਸੇ ਕੰਮ ਤੋਂ ਫੇਲ ਹੋ ਜਾਂਦੇ ਆ ਤੇ ਬੰਦੇ ਨੂੰ ਦਰ ਨਹੀਂ ਛੱਡਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਆ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਆ ਜੀਣਾ ਤਾਂ ਪੈਣਾ ਹੀ ਆ ਭਾਵੇਂ ਰੋਕੇ ਜੀ ਲੋਕ ਜੇ ਹੱਸ ਕੇ ਜੀਉਂਗੇ ਤਾਂ ਸਾਰਿਆਂ ਨਾਲੋਂ ਵਧੀਆ ਕਿਉਂਕਿ ਅ ਰੋਂਦੇ ਚਿਹਰੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਉਹਦੇ ਅੰਦਰ ਸਾਡੇ ਭਾਵੇਂ ਜਿੰਨੇ ਹਜ਼ਾਰਾਂ ਗਮ ਹੋਣ ਪਏ ਤਾਂ ਚਿਹਰਾ ਤਾਂ ਹੱਸਦਾ ਹੈ ਚੰਗਾ ਲੱਗਦਾ ਬਿਲਕੁਲ ਬਿਲਕੁਲ ਮੈਨੂੰ ਬੱਗੇ ਬੱਗੇ ਵੇਲਾ ਨੇ ਥੋੜਾ ਕੀਤਾ ਰਨ ਰੱਖਣੀ ਕਬੂਤਰ ਵਰਗੀ ਮੈਨੂੰ ਵੀ ਲੱਗਦਾ ਸੀਗਾ ਪਹਿਲਾਂ ਕਿ ਅਮਰੀਕਾ ਹਮ ਰਾਜ ਦਾ ਗਾਣਾ ਕਿ ਜਦੋਂ ਮੈਂ ਮੇਲੇਆਂ 'ਚ ਗਾਣਾ ਸ਼ੁਰੂ ਕੀਤਾ ਰਨ ਨਾ ਰਖਣੀ ਕਬੂਤਰ ਵਰਗੀ ਰਨ ਸ਼ਬਦ ਥੋੜਾ ਚੁਬਦਾ ਆ ਹੂੰ ਬਿਲਕੁਲ ਬਿਲਕੁਲ ਚੁਬਦਾ ਨਾ ਉਹ ਫੇ ਪੰਜਾਬੀ ਮਾਂ ਬੋਲੀ ਦਾ ਠੇੜ ਸ਼ਬਦ ਆ ਰਨ ਕਹਿੰਦੇ ਕਿ ਇਹਨੂੰ ਆ ਹੂੰ ਹੂੰ ਰਨ ਉਹਨੂੰ ਕਹਿੰਦੇ ਨੇ ਵਾਰਿਸ਼ਾ ਨੇ ਵੀ ਕਿਹਾ ਰਨ ਉਸ ਚੀਜ਼ ਨੂੰ ਕਹਿੰਦੇ ਆ ਜਿਹੜੀ ਆਪਣੀ ਹੋਵੇ ਆਪਣਤ ਹੂੰ ਹੂੰ ਹੱਕ ਹੱਕ ਸ਼ਬਦ ਹੈ ਉਹ ਹੂੰ ਹੂੰ ਕੋਈ ਨਹੀਂ ਜਿੱਦਾਂ ਹੁਣ ਕਿਸੇ ਚੀਜ਼ ਤੇ ਹੋ ਨਹੀਂ ਜਾਂਦੀ ਗੱਲ ਕਹ ਨਹੀਂ ਦਿੰਦੇ ਮੈਂ ਤੇਰੀ ਰਨ ਲੱਗਦੀ ਆ ਹੂੰ ਹੂੰ ਤੇਰਾ ਮੇਰੇ ਤੇ ਕੀ ਹੱਕ ਆ ਹੂੰ ਹੂੰ ਜਿਹੜੀ ਰਨ ਆ ਉਹਨੂੰ ਮਤਲਬ ਹੱਕ ਸ਼ਬਦ ਦਾ ਉਹ ਮੇਰੀ ਆ ਹੂੰ ਹੂੰ ਉਹ ਗੱਲ ਮਜ਼ਾਕ ਦੀ ਕਰਦੇ ਆ ਥੋੜੀ ਜਿਹੀ ਬਿਲਕੁਲ ਮਜ਼ਾਕ ਦੀ ਹੈ ਕਿ ਗੱਲ ਹੁੰਦੀ ਆ ਕਿ ਜੇ ਰਨ ਮੇਰੀ ਆ ਬਈ ਜਿੱਦਾਂ ਮੈਂ ਮਰਜੀ ਉਹਨੂੰ ਕਬੂਤਰ ਵਰਗੀ ਬਣਾ ਕੇ ਰੱਖਾਂ ਜਿੱਦਾਂ ਮਰਜੀ ਰੱਖਾਂ ਤੇ ਉਹ ਗੱਲ ਸੀਗੀ ਕਿ ਪੰਜਾਬੀ ਮਾਂ ਬੋਲੀ ਦੀ ਇੱਕ ਜਿੱਦਾਂ ਇਹ ਰਨ ਸ਼ਬਦ ਦਾ ਬਹੁਤ ਸਾਰੇ ਸੂਫੀ ਸੰਤਾਂ ਨੇ ਰਨ ਸ਼ਬਦ ਦਾ ਪ੍ਰਯੋਗ ਕੀਤਾ ਹੈ ਕਿ ਇਹ ਚੁਬਣਾ ਨਹੀਂ ਚਾਹੀਦਾ ਤੁਹਾਨੂੰ ਇਸ ਤੋਂ ਕੋਈ ਆਈਆਂ ਵੀ ਐਪਲੀਕੇਸ਼ਨ ਮੈਨੂੰ ਆਈਆਂ ਆਈਆਂ ਕਿਰਾਨ ਸ਼ਬਦ ਜਿਹੜਾ ਤੁਸੀਂ ਮਤਲਬ ਆਹੋ ਪਹਿਲੇ ਪਹਿਲੇ ਲੱਗਿਆ ਮੈਨੂੰ ਤੇ ਉਹ ਤੋਂ ਬਾਅਦ ਫਿਰ ਮੈਂ ਜਦੋਂ ਗਾਣਾ ਸ਼ੁਰੂ ਕੀਤਾ ਪੰਜਾਬ ਵਿੱਚ ਵਧੀਆ ਚੱਲਿਆ ਠੀਕ ਹੈ ਹਰ ਮੇਲੇ ਤੇ ਹਰ ਡੀਜੇ ਤੇ ਕੋਈ ਐਸਾ ਮੰਚ ਨਹੀਂ ਹੈਗਾ ਜਿੱਦੇ ਉੱਤੇ ਬੱਗੇ ਬੱਗੇ ਬੈਲ ਨਾ ਚੱਲਿਆ ਹੋਵੇ ਦੇਖੋ ਦੁਨੀਆ ਸਬਕਾਰ ਕਰਦੀ ਹੈ ਦੇਸੀ ਆ ਬੰਦਿਆਂ ਨੂੰ ਦੇਸੀ ਇਹ ਗੱਲ ਕਰਦੇ ਆ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਸਭਿਆਚਾਰ ਦੇ ਨਾਲ ਜੁੜ ਕੇ ਰਹੀਏ ਹਨਾ ਤੇ ਬੱਗੇ ਬੱਗੇ ਬੈਰ ਰੱਖਣੇ ਮੈਂ ਗਾਣਾ ਸੁਣਾਵੀ ਦਿਨਾ ਤੁਹਾਨੂੰ ਕਿਉਂਕਿ ਇਦਾਂ ਬਿਨਾ ਕਵੇ ਉਹ ਕੇ ਲੈ ਵੀ ਟ੍ਰੈਕ ਲਾ ਕੇ ਗਾਤਾ ਹੋ ਬੱਗੇ ਬੱਗੇ ਬੈਲ ਰੱਖਣੇ ਬੈਰਨ ਰੱਖਣੀ ਕਬੂਤਰ ਵਰਗੀ ਬੱਗੇ ਬੱਗੇ ਬੈਲ ਰੱਖਣੇ ਹੁਣ ਇੱਥੇ ਤਾਂ ਗੱਲ ਸਗੀ ਹੋ ਗਾਲ ਖੁੰਗਰੂ ਬੈਲਾਂ ਦੇ ਚਾਰ ਜੋੜੀਆਂ ਪਰ ਜੱਟ ਨੇ ਤਵੇਲੇ ਨਾਲ ਕੋੜੀਆਂ ਗਾਲ ਖੁੰਗਰੂ ਬੈਲਾਂ ਦੇ ਚਾਰ ਜੋੜੀਆਂ ਪਰ ਜੱਟ ਨੇ ਤਵੇਲੇ ਨਾਲ ਕੋੜੀਆਂ ਭਾਵੇਂ ਬੁਲਟਸ ਪਰ ਸਾਡੇ ਘਰ ਦੀ ਬੱਗੇ ਬੱਗੇ ਬੈਲ ਰੱਖਣੇ ਕੋਈ ਨੋਰ ਜੀ ਇਹ ਦੱਸੋ ਕਿ ਤੁਸੀਂ ਗਾਇਕੀ ਦੇ ਦੌਰ ਦੇ ਵਿੱਚ ਆਏ ਕਿਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਆਏ ਮੈਂ ਉਹ ਲਈ ਪਹਿਲਾਂ ਜਦੋਂ ਸਿੰਗਰਾਂ ਨੂੰ ਦੇਖਦੀ ਸੀ ਸਟੇਜ ਤੇ ਜਾਂ ਟੀਵੀ ਤੇ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਖੁਦ ਆਪ ਗਾਵਾਂ ਤੇ ਪਹਿਲਾਂ ਲਿਖਣ ਦਾ ਸ਼ੌਂਕ ਸੀ ਲਿਖਣ ਦੇ ਨਾਲ ਨਾਲ ਫਿਰ ਮੈਂ ਗਾਇਕੀ ਵੱਲ ਪ੍ਰਭਾਵਿਤ ਹੋਈ ਮੇਰੇ ਸਕੂਲ ਦੇ ਟੀਚਰਾਂ ਨੇ ਮੈਨੂੰ ਹੱਲਾਸ਼ੇਰੀ ਕਾਫੀ ਦਿੱਤੀ ਕਿ ਤੂੰ ਗਾ ਸਕਦੀ ਂ ਤੂੰਗਾ ਤੋ ਉਸ ਤੋਂ ਬਾਅਦ ਫਿਰ ਮੈਂ ਗਾਇਕੀ ਦੀ ਤੇ ਉਹ ਕਿਹੜਾ ਗੀਤ ਸੀ ਜਿਹੜਾ ਕਿ ਤੂੰ ਪਹਿਲਾਂ ਟੀਚਰਾਂ ਨੇ ਹਲਾਸ਼ੇਰੀ ਦਿੱਤੀ ਸਕੂਲ 'ਚ ਵੀ ਗਾਇਆ ਹੋਵੇਗਾ ਫਿਰ ਹਾਂਜੀ ਮੈਂ ਸਕੂਲ 'ਚ ਗਾਉਂਦੀ ਸੀ ਕਿ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈ ਤੇ ਇਹ ਚੰਦ ਸ਼ਬਦ ਹੋ ਜਾਣ ਹਾਂਜੀ ਜ਼ਰੂਰ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਲਖੀਆਂ ਨਸੀਬਾਂ ਦੀਆਂ ਹਾਂ ਲਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਬਾਬਲ ਮੇਰੀਆਂ ਗੁੱਡੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਵਾਹ ਜੀ ਵਾਹ ਬਹੁਤ ਖੂਬਸੂਰਤ ਇਹ ਨਾਲ ਮੇਰੇ ਸੱਜੇ ਪਾਸੇ ਬੈਠੇ ਨੇ ਰਮਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੀ ਬਸ ਠੀਕ ਵਧੀਆ ਜੀ ਤੇ ਇੰਗਲੈਂਡ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਹੋ ਕਿ ਜਾਂ ਤੁਹਾਡਾ ਇਤਿ ਕੀ ਨਹੀਂ ਜੀ ਇਹ ਮੇਰਾ ਪਹਿਲਾ ਚੱਕਰ ਮੈਂ ਪਹਿਲੀ ਵਾਰ ਇੰਗਲੈਂਡ ਆਈ ਆ ਪਹਿਲੀ ਵਾਰ ਕਿਸ ਤਰ੍ਹਾਂ ਲੱਗਾ ਇੰਗਲੈਂਡ ਇੰਗਲੈਂਡ ਬਹੁਤ ਸੋਹਣਾ ਲੱਗਿਆ ਜੀ ਅੱਛਾ ਕੀ ਚੰਗਾ ਲੱਗਾ ਤੁਹਾਨੂੰ ਇੱਥੇ ਇੱਥੋਂ ਦੀ ਜਿਹੜੀ ਪੰਜਾਬੀ ਹੈ ਤਾਂ ਪੰਜਾਬੀ ਦਾ ਵਸਦੀ ਆ ਉਹ ਬਹੁਤ ਵਧੀਆ ਲੱਗੀ ਠੀਕ ਹੈ ਜੀ ਤੇ ਗਾਇਕੀ ਦੇ ਸਫਰ 'ਚ ਕਦੋਂ ਤੋਂ ਤੁਸੀਂ ਕੰਮ ਕਰ ਰਹੇ ਹੋ ਆ ਮੈਂ ਤਕਰੀਬਨ ਮੈਂ 9 ਸਾਲ ਮੈਂ ਇੰਡੀਆ ਦੇ ਵਿੱਚ ਗਾਇਆ ਸੀ ਤੇ ਮਤਲਬ ਜਦੋਂ ਸਕੂਲ ਦੇ ਵਿੱਚ ਹੁੰਦੇ ਸੀਗੇ ਉਦੋਂ ਤਾਂ ਕੁਝ ਨਹੀਂ ਪਤਾ ਸੀ ਕਾਲਜ ਦੇ ਵਿੱਚ ਗਏ ਨਿਕਲ ਕੇ ਤੇ ਐਕਸਸ ਸਟੇਜਾਂ ਦੇ ਵਿੱਚ ਹੁੰਦੇ ਹੁੰਦੇ ਸੀ ਪ੍ਰੋਗਰਾਮ ਤਾਂ ਗਾਉਂਦੀਆਂ ਸੀ ਜਿਹੜੀਆਂ ਕੁੜੀਆਂ ਤੇ ਉਹਨਾਂ ਨੂੰ ਦੇਖ ਕੇ ਥੋੜਾ ਦਿਲ ਦੇ ਵਿੱਚ ਹੁੰਦਾ ਸੀ ਗਾਵਾਂਗੇ ਪਰ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਦੇ ਸਟੇਜ ਦੇ ਉੱਪਰ ਗਾਵਾਂਗੀ ਤੇ ਬਸ ਵਬ ਬਣ ਗਿਆ ਤੇ ਸਟਾਰਟ ਹੋ ਗਿਆ ਗਾਉਣਾ ਤੇ ਥੋੜਾ ਆਪਣੇ ਪਿਸ਼ੋਕੜ ਬਾਰੇ ਵੀ ਦੱਸ ਦੇ ਜਾ ਹਾਂਜੀ ਬਸ ਮੈਂ ਰਾਏਕੋਟ ਨੂੰ ਬਿਲੋਂਗ ਕਰਦੀ ਹਾਂ ਰਾਏਕੋਟ ਸ਼ਹਿਰ ਹੈ ਮੇਰਾ ਜ਼ਿਲ੍ਹਾ ਲੁਧਿਆਣਾ ਦਾ ਤੇ ਬਸ ਉਹ ਤੋਂ ਬਾਅਦ ਮੈਂ ਉੱਥੇ ਖੰਨੇ ਆਈ ਆਂ ਖੰਨੇ ਤੋਂ ਮੈਂ ਮੈਨੂੰ ਗਾਉਣਾ ਸ਼ੁਰੂ ਕੀਤਾ ਮੈਂ ਜਿਆਦਾ ਤੂਰਮਨਦੀਪ ਜੀ ਅਸੀਂ ਆਪਣੇ ਕਲਚਰ ਚ ਦੇਖਦੇ ਆ ਕਿ ਸਾਡੇ ਗਾਇਕਾਂ ਬਹੁਤ ਘੱਟ ਨੇ ਹਾਂਜੀ ਤੇ ਖਾਸ ਤੌਰ ਤੇ ਕਈ ਵਰੀ ਕੁੜੀਆਂ ਨੂੰ ਇਹ ਪ੍ਰੋਬਲਮਸ ਹੁੰਦੀਆਂ ਕਿ ਪੀਰੀਅਡਸ ਨਹੀਂ ਮੰਨਦੇ ਜਾਂ ਜਦੋਂ ਸ਼ਾਦੀ ਹੋ ਜਾਂਦੀ ਹੈ ਤੇ ਪਤੀ ਨਹੀਂ ਮੰਨਦਾ ਤੇ ਤੁਸੀਂ ਇਹੋ ਜਿਹੇ ਸੰਘਰਸ਼ ਦੇ ਵਿੱਚ ਵੀ ਕੋਈ ਇਦਾਂ ਦੀ ਹਾਂਜੀ ਜਿੱਦਾਂ ਸੀਗਾ ਮੇਰੇ ਮੰਮੀ ਪਾਪਾ ਨੇ ਤਾਂ ਕਦੇ ਮੈਨੂੰ ਨਹੀਂ ਮਨਾ ਕੀਤਾ ਸੀ ਇਹਦੇ ਲਈ ਕਿ ਤੂੰ ਇਹ ਕੰਮ ਨਾ ਕਰ ਪਰ ਸਾਡੇ ਰਿਸ਼ਤੇਦਾਰ ਥੋੜੇ ਹੈਗੇ ਸੀ ਉਹ ਕਹਿੰਦੇ ਸੀਗੇ ਕਿ ਜੱਟਾਂ ਦੀਆਂ ਕੁੜੀਆਂ ਨਹੀਂ ਗਾਉਂਦੀਆਂ ਹੈਗੀਆਂ ਕਿ ਅੱਛਾ ਇਹ ਸ਼ੋਭਾ ਨਹੀਂ ਦਿੰਦਾ ਕੁੜੀਆਂ ਨੂੰ ਗਾਉਣਾ ਪਰ ਪਤਾ ਨਹੀਂ ਕਿਉਂ ਇੱਕ ਟੈਲੈਂਟ ਆ ਕੁਝ ਹੈ ਤੇ ਕਾਫੀ ਮਹੱਲੇ ਦੇ ਲੋਕਾਂ ਨੇ ਵੀ ਐਪਰੀਸ਼ੀਏਟ ਕੀਤਾ ਸੀ ਤੇ ਮੈਂ ਗਾਉਂਦੀ ਰਹੀ ਤੇ ਮੇਰੇ ਨੂੰ ਪਰਿਵਾਰ ਵੱਲੋਂ ਮੈਨੂੰ ਪੂਰਾ ਮਿਲਿਆ ਸਾਥ ਉਹਨਾਂ ਨੇ ਕਦੀ ਮਨਾਂ ਨਹੀਂ ਕੀਤਾ ਗਾਉਣ ਤੋਂ ਤੇ ਤੁਹਾਡਾ ਮਨਪਸੰਦੀਦਾ ਗੀਤ ਸਾਡੇ ਦਰਸ਼ਕਾਂ ਨਾਲ ਕਿਹੜਾ ਸਮਝ ਪਾਉਣੀ ਚਾਹੁੰਦੇ ਆ ਮੈਂ ਵਸੇ ਡਿਊਟ ਜ਼ਿਆਦਾ ਗਾਉਂਦੀ ਰਹੀ ਆ ਪਰ ਮੈਂ ਸੋਲੋ ਵੀ ਥੋੜਾ ਵਿੱਚ ਕਰਦੀ ਸੀ ਤੇ ਉਹਦੇ ਵਿੱਚ ਹੀ ਮੈਂ ਦੋ ਲਾਈਨਾਂ ਕਹੂੰਗੀ ਜਿਹੜਾ ਮੈਨੂੰ ਜ਼ਿਆਦਾ ਪਸੰਦ ਆ ਸੌਂਗ ਤੇ ਡਿਊਟ ਕਿਹੜੇ ਕਲਾਕਾਰ ਨਾਲ ਕੀਤੀ ਡਿਊਟ ਮੈਂ ਮਨਜੀਤ ਰਾਹੀ ਨਾਲ ਗਾਉਂਦੀ ਸੀ ਜੀ ਤੇ ਕਿਹੜਾ ਤੁਹਾਡਾ ਮਨਪਸੰਦੀਦਾ ਡਿਊਟ ਵਿੱਚੋਂ ਹਾਂਜੀ ਡਿਊਟ ਵਿੱਚੋਂ ਮੈਨੂੰ ਕੈਂਠੇ ਵਾਲਾ ਸੌਂਗ ਸੀ ਸਾਡਾ ਉਹ ਮੈਨੂੰ ਵਧੀਆ ਲੱਗਦਾ ਸੀ ਮੈਂ ਉਹਦਾ ਇੱਕ ਸਥਾਈ ਥੋੜੇ ਹਾਂਜੀ ਮੈਂ ਤਾਂ ਅੱਖ ਦੀ ਸ਼ਰਮ ਤੋਂ ਡਰਦੀ ਆ ਤੇਰੇ ਚੰਦਰੇ ਪਰਮ ਤੋਂ ਡਰਦੀ ਆ ਮੈਂ ਤਾਂ ਅੱਖ ਦੀ ਸ਼ਰਮ ਤੋਂ ਡਰਦੀ ਆ ਤੇਰੇ ਚੰਦਰੇ ਪਰਮ ਤੋਂ ਡਰਦੀ ਆ ਪਿੰਡ ਦਾ ਸਿਆਣਾ ਜੇ ਕੀ ਅੱਡੇ ਤੇ ਮਿਲ ਗਿਆ ਪਿੰਡ ਦਾ ਸਿਆਣਾ ਜੇ ਕੀ ਅੱਡੇ ਉੱਤੇ ਮਿਲ ਗਿਆ ਨੇਰੀ ਕਾਦੀ ਆਏ ਤੇਰਾ ਕੀ ਲੱਗਦਾ ਦੱਸ ਥਾ ਨੇਰੀ ਕਾਦੀ ਆਏ ਤੇਰਾ ਕੀ ਲੱਗਦਾ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਹਾਂਜੀ ਉਹ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਬਾਕੇ ਦੱਸੋ ਕਿ ਤੁਹਾਡੀ ਕਿਸ ਗੀਤ ਨਾਲ ਪਛਾਣ ਬਣੀ ਜਰੂਰ ਜੀ ਧੰਨਵਾਦ ਕਰਦਾ ਹਾਂ ਜਿੰਦ ਅਕਵਾਲ ਦਾ ਜਿਨ੍ਹਾਂ ਦੀ ਲਿਖੀ ਰਚਨਾ ਸੀ ਜਾਂ ਤੇ ਕੁੜੀਏ ਵਿਆਹ ਕਰਵਾਲਾ ਜਾਂ ਤੇ ਕੁੜੀਏ ਵਿਆਹ ਕਰਵਾਲਾ ਨੇ ਤਾਂ ਹੱਸਣਾ ਕਰ ਦੇ ਬੰਦਨੀ ਮੁੰਡੇ ਥਰੇ ਲੰਡਨ ਦੇ ਨੀਮੀ ਪਾ ਕੇ ਲੰਗਨੀ ਮੁੰਡੇ ਥਰੇ ਲੰਡਨ ਦੇ ਨੀਮੀ ਪਾ ਕੇ ਲੰਗਨੀ ਮੁੰਡੇ ਥਰੇ ਲੰਡਨ ਦੇ ਵਾਹ ਜੀ ਵਾਹ ਜਿਹੜਾ ਤੁਹਾਨੂੰ ਨਾਮ ਮਿਲਿਆ ਇੰਦਰਜੀਤ ਲੰਡਨ ਵਾਲਾ ਇਹ ਕਿਨੇ ਦਿੱਤਾ ਗੀਤ ਨੇ ਦਿੱਤਾ ਜਾਂ ਮਤਲਬ ਕਿ ਕਿਸੇ ਨੇ ਤੁਹਾਡਾ ਰੱਖਿਆ ਕਿ ਹੁਣ ਤੂੰ ਆਪਣਾ ਨਾਮ ਦੇ ਨਾਲ ਲੰਡਨ ਵਾਲਾ ਜ਼ਰੂਰ ਲਾ ਅ ਛੋਟੀ ਸਾਬ ਬਹੁਤ ਸਾਰੇ ਐਦਾਂ ਦੇ ਸਰਨੇਮ ਆ ਜਿਹੜੇ ਕਿ ਪਿੰਡ ਤੋਂ ਬਣਦੇ ਆ ਹਮ ਇੱਕ ਵਾਰੀ ਚਾਂਸ ਮਿਲਿਆ ਸੀ ਉਸਤਾਦ ਜਮਲਾ ਜੱਟ ਦੀ ਵਰਸੀ ਦੇ ਉੱਤੇ ਕੌਣ ਗਏ ਸੀ ਕਿ ਤੇ ਉਦੋਂ ਲੰਡਨ ਟੇਪ ਵੀ ਆਈ ਸੀ ਕੁਝ ਤਾਂ ਲੰਡਨ ਟੇਪ ਕਰਕੇ ਤੇ ਕੁਝ ਜਦੋਂ ਐਂਟਰ ਹੋਏ ਤਾਂ ਸਾਰੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਉਹ ਲੰਡਾ ਨਾਲਾ ਵੀ ਆ ਗਿਆ ਲੰਡਨ ਵਾਲਾ ਵੀ ਆ ਗਿਆ ਬਸ ਉਹਨਾਂ ਦਾ ਦਿੱਤਾ ਨਾਂ ਆਇਆ ਇਹ ਕਿ ਇੰਦਰਜੀਤ ਲੰਡਰ ਕਿਉਂਕਿ ਮੋਸਟਲੀ ਤਾਂ ਮੈਂ ਗਾਇਕਨ ਉਹ ਇਹ ਕਿ ਉਹਨਾਂ ਨੇ ਫੰਗੜੇ ਦਾ ਗੀਤ ਸੁਣਾਓ ਪਰ ਤੁਹਾਡੇ ਤੋਂ ਮੈਂ ਚਾਹਣਾ ਕਿ ਸਾਡੇ ਦਰਸ਼ਕ ਕਈ ਵਾਰੀ ਓਦਾਂ ਦਾ ਵੀ ਗੀਤ ਸੁਣਨਾ ਚਾਹੁੰਦੇ ਕਿ ਪਿਆਰ ਮੁਹੱਬਤ ਦਾ ਕੋਈ ਸੈਡ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਜੀ ਜ਼ਰੂਰ ਜੀ ਇੱਕ ਮੇਰੀ ਨਜ਼ਰਾਂ ਟੇਪ ਡੀਜੇ ਵਾਲਿਆ ਟੇਪ ਦੇ ਵਿੱਚ ਇੱਕ ਗੀਤ ਆਇਆ ਸੀਗਾ ਤੇ ਉਹਦੀ ਵੀਡੀਓ ਵੀ ਬਣੀ ਸੀ ਜਿਹਨਾਂ ਲੋਕਾਂ ਨੇ ਦੇਖੀ ਹੋਊਗੀ ਉਹਨਾਂ ਨੂੰ ਜਰੂਰ ਹਸਦੀ ਰ ਸਾਡੀਆਂ ਦੁਆਵਾਂ ਮਾਂ ਤੇਰੇ ਨਾਲ ਨੇ ਅਸੀਂ ਵੀ ਨਹੀਂ ਕੱਲੇ ਹੋ ਕੇ ਹਾਂ ਮਾਂ ਮੇਰੇ ਨਾਲ ਨੇ ਖੁਦ ਨੂੰ ਤਪਾ ਕੇ ਅਸੀਂ ਤਿੱਖੀਆਂ ਦਪਹਿਰਾਂ ਵਿੱਚ ਤੁਰ ਚੱਲੇ ਤੈਨੂੰ ਠੰਢੀ ਛਾਂ ਕਰਕੇ ਉਹ ਜਿਹੜਾ ਨਾ ਲਿਖਿਆ ਸੀ ਸਾਡੀ ਤਕਦੀਰ ਵਿੱਚ ਉਹ ਜੜ ਗਏ ਆ ਅਸੀਂ ਤਾਂ ਕਰਕੇ ਉਹ ਜਿਹੜਾ ਨਾ ਲਿਖਿਆ ਸੀ ਸਾਡੀ ਤਕਦੀਰ ਵਿੱਚ ਉਜੜ ਗਏ ਆ ਅਸੀਂ ਤਾਂ ਕਰਕੇ ਉਜੜ ਗਏ ਆ ਅਸੀਂ ਤਾਂ ਕਰਕੇ ਵਾਹ ਜੀ ਵਾਹ ਬਹੁਤ ਵਧੀਆ ਤੇ ਜਿਆਦਾਕਰ ਤੁਹਾਡਾ ਜਿਹੜਾ ਵਾਹ ਆ ਇੱਥੋਂ ਦੇ 뮤직 ਡਾਇਰੈਕਟਰਾਂ ਨੇ ਪਿਆ ਕਿ ਜਾ ਕੇ ਪੰਜਾਬ ਦੇ ਨਾਲੋਂ ਜਿਹੜੇ ਕਿ ਆਪਣੇ ਇੰਡੀਆ ਦੇ ਵਿੱਚ ਐ ਬਹੁਤ ਗੀਤ ਮੇਰੇ ਪੰਜਾਬ ਤੋਂ ਹੋਏ ਆ ਪਰ ਕੁਝ ਗੀਤ ਯਾਦਗਾਰ ਬਣ ਕੇ ਰਹਿ ਗਏ ਡੀ ਜੇ ਵਾਲਿਆ ਗੱਭਰੂ ਆ ਤੇ ਇੱਕ ਮੁੰਡੇ ਅਥਰੇ ਲੰਡਨ ਦੇ ਨੂੰ ਅੱਜ ਵੀ ਲੋਕ ਸੁਣਦੇ ਆ ਜੇ ਮੈਨੂੰ ਅੱਜ ਤੱਕ ਕੋਈ ਜਾਣਦਾ ਹੈ ਤੇ ਮੁੰਡੇ ਅਥਰੇ ਲੰਡਨ ਦੇ ਤੋਂ ਸ਼ੁਰੂਆਤ ਹੁੰਦੀ ਹੈ ਕਈਆਂ ਸਟੇਜਾਂ ਉੱਤੇ ਜੇ ਮੌਕਾ ਮਿਲੇ ਆਪਾਂ ਬਾਕੀ ਗੀਤ ਗਾ ਦਈਏ ਤਾਂ ਦਰਸ਼ਕਾਂ ਦਾ ਇਹ ਜ਼ਰੂਰ ਹੁੰਦਾ ਕਿ ਨਹੀਂ ਮੁੰਡੇ ਅਥਰੇ ਲੰਡਨ ਦੇ ਬਾਜੀ ਜ਼ਰੂਰ ਗਾਓ ਤੇ ਮੈਨੂੰ ਤਾਂ ਇਹ ਵੀ ਲੱਗਾ ਸੀ ਕਿ ਤੁਹਾਡਾ ਜਿਹੜਾ ਡੀਜੇ ਵਾਲਾ ਇਹ ਵੀ ਗੀਤ ਕਾਫੀ ਮਕਬੂਲ ਹੋਇਆ ਹਾਂਜੀ ਤੇ ਇਹਦੇ ਵਿੱਚ ਚੰਦ ਸ਼ਬਦ ਹੋਏ ਜੀ ਹੋ ਕੱਠੀਆਂ ਗਿੱਦ ਦੇ ਵਿੱਚ ਆਈਆਂ ਕੁੜੀਆਂ ਕਹਿੰਦੀਆਂ ਸਬਬ ਨਾਲ ਮਸਾਂ ਜੁੜੀਆਂ ਗੱਠੀਆਂ ਹੋ ਗਿੱਦ ਵਿੱਚ ਆਈਆਂ ਕੁੜੀਆਂ ਕਹਿੰਦੀਆਂ ਸਬਬ ਨਾਲ ਮਸਾਂ ਜੁੜੀਆਂ ਹਸਨ ਨੱਚ ਨੱਚ ਹਸਨ ਨੱਚ ਨੱਚ ਪੌਣੀਆਂ ਦੁਹਾਈ ਵੇ ਡੀਜੇ ਵਾਲਿਆ ਗੱਬਰੂਆ ਚੰਗਾ ਜਿਹਾ ਗੀਤ ਕੋਈ ਲਾਈ ਵੇ ਡੀਜੇ ਵਾਲਿਆ ਗੱਬਰੂਆ ਚੰਗਾ ਜਿਹਾ ਗੀਤ ਕੋਈ ਲਾਈ ਵੇ ਡੀਜੇ ਵਾਲਿਆ ਗੱਬਰੂਆ ਵਾਹ ਜਿਹਦਾ ਚੜਿਆ ਵੀਰਾ ખોડી વે જદો ચડી આ વીરા ખોડી વે તેરે નાળી પરામા દી જોડી વે લટકે દે વાલે સોને દે સોન્યા વીરા મે તનુ ખોડી ચડેં દિયો હું ਸਣਿਆ ਵੀਰਾ ਮੈਂ ਤੈਨੂੰ ਕੋੜੀ ਚੜੇਂਦੀ ਆਂ ਵਾਹ ਜੀ ਵਾਹ ਬਹੁਤ ਖੂਬ ਔਰ ਕੀ ਤੁਸੀਂ ਇਸ ਤੋਂ ਇਲਾਵਾ ਹੋਰ ਵੀ ਕੋਈ ਸ਼ੌਕ ਜਿਦਾ ਲਿਖਣ ਦਾ ਸ਼ੌਕ ਵੀ ਹੈ ਲਿਖਣ ਦਾ ਸ਼ੌਕ ਹੈਗਾ ਹਾਂ ਜੀ ਮੈਂ ਥੋੜੇ ਜਿਹੇ ਸੈਡ Song ਲਿਖਿਆ ਜਿੱਦਾਂ ਮੈਂ ਚਾਹੁੰਨੀ ਫਿਊਚਰ ਦੇ ਵਿੱਚ ਮੈਂ ਕਿਤੇ ਮੈਨੂੰ ਚਾਂਸ ਮਿਲਿਆ ਤਾਂ ਮੈਂ ਆਪਣੇ ਗਾਣਿਆਂ ਦੀ ਐਲਬਮ ਇੱਕ ਰਿਲੀਜ਼ ਕਰਨਾ ਚਾਹੁੰਨੀ ਇਹ ਕੀ ਕਾਰਨ ਹੈ ਜਦੋਂ ਵੀ ਅਸੀਂ ਆਰਟਿਸਟ ਨੂੰ ਪੁੱਛਦੇ ਹਾਂ ਉਹ ਸੈਡ Songਾਂ ਨੂੰ ਬਹੁਤ ਜਾਣਦੇ ਨੇ ਕੀ ਕਾਰਨ ਹੈ ਸੈਡ ਸੌਂਗ ਸੈਡ ਸੌਂਗ ਨੂੰ ਮੈਂ ਬੜਾ ਖੁੱਭ ਕੇ ਗਾਉਣੀ ਆ ਕੋਈ ਤਾਂ ਕੋਈ ਕਾਰਨ ਜਰੂਰ ਮੇਰੀ ਰੂਹ ਨੂੰ ਮੇਰੇ ਰੂਹ ਨੂੰ ਸਕੂਨ ਮਿਲਦਾ ਸੈਡ ਹਾਂ ਇਹਦਾ ਇਹਦਾ ਕੋਈ ਕਾਰਨ ਹੋਗਾ ਇਹਦੇ ਇਹਦੇ ਪਿੱਛੇ ਬਿਹਾਈਂਡ ਇਹਦੇ ਕੋਈ ਨਾ ਕੋਈ ਸੀਨ ਜਰੂਰ ਝਲਕ ਪੈਂਦੀ ਆ ਕਿਉਂਕਿ ਮੈਂ ਇਹ ਪੁੱਛਣਾ ਚਾਹੁੰਨਾ ਤੁਹਾਨੂੰ ਸਾਡੀਆਂ ਗਾਇਕਾਂ ਨੂੰ ਇਹ ਪ੍ਰੋਬਲਮ ਆਉਂਦੀਆਂ ਆ ਸਾਡੇ ਸਮਾਜ ਦੇ ਵਿੱਚ ਜੀ ਤਾਂ ਇਹਦੇ ਬਾਰੇ ਤੁਸੀਂ ਦੱਸੋ ਨਹੀਂ ਕੋਈ ਵੈਸੇ ਇਦਾਂ ਦੀ ਕੋਈ ਗੱਲ ਨਹੀਂ ਵੀ ਮੇਰੇ ਨਾਲ ਕੋਈ ਹੈਪਨ ਹੋਇਆ ਮੈਂ ਤਾਂ ਲਿਖਣਾ ਮੈਂ ਸੈਡ ਸੌਂਗ ਲਿਖਦੀ ਆ ਜਾਂ ਮੈਂ ਗਾਉਣੀ ਆ ਵੈਸੇ ਦੁਨੀਆਦਾਰੀ ਦੇ ਵਿੱਚ ਜੋ ਆਪਾਂ ਦੇਖਦੇ ਆ ਉਹਨੂੰ ਦੇਖਦੇ ਕੇ ਆਪ ਨੂੰ ਵੀ ਸੱਟ ਲੱਗਦੀ ਆ ਵੀ ਹਾਏ ਕਿਸੇ ਦੇ ਦੁੱਖ ਨੂੰ ਮੈਂ ਆਪਣਾ ਦੁੱਖ ਸਮਝਦੀ ਆ ਤਾਂ ਫਿਰ ਜਿਹੜੇ ਉਹ ਅਲਫਾਜ਼ ਆ ਫਿਰ ਉਹ ਦੁੱਖ ਦੇ ਜਿਹਦਾ ਬਿਆਨ ਹੁੰਦੇ ਉਹ ਉਹ ਫਿਰ ਕਲਮਾਈ ਵੀ ਲਿਖੇ ਆ ਤੇ ਬਾਕੀ ਜੇ ਮੈਨੂੰ ਕਿਤੇ ਮੈਂ ਵੈਸੇ ਇੰਡੀਆ ਚ ਜ਼ਿਆਦਾ ਮੈਂ ਸੈਡ ਹੀ ਹੋਂਦੀ ਹੁੰਦੀ ਸੀਗੀ ਤੇ ਫਿਰ ਹੁਣ ਸਾਡੇ ਦਰਸ਼ਕਾਂ ਨੇ ਉਹ ਤਾਵਲੇ ਹੋ ਜਾਂਦੇ ਨੇ ਕਿ ਜਦੋਂ ਤੁਹਾਡੀ ਆਪਣੀ ਕਲਮ ਆ ਉਹ ਕਿਹੜੇ ਅਲਫਾਜ਼ ਨੇ ਜਿਹੜੇ ਤੁਸੀਂ ਸੁਣਾਉਣਾ ਚਾਹੁੰਦੇ ਆ ਅ ਮੈਂ ਇੱਕ ਗੱਲ ਲਿਖੀ ਸੀ ਕਿ ਜਿੱਦਾਂ ਔਰਤ ਜਾਤ ਦਾ ਹਰ ਜਗ੍ਹਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਲੋਕ ਹਨਾ ਤਾਂ ਮੈਂ ਉਹ ਇੱਕ ਗਾਣਾ ਲਿਖਿਆ ਸੀ ਗਾਣੇ ਤਾਂ ਮੈਂ ਲਿਖੇ ਆ ਵੈਸੇ ਹੁਣ ਮੈਨੂੰ ਯਾਦ ਨਹੀਂ ਹੈ ਕਿ ਪਰ ਮੈਂ ਦੋ ਲਾਈਨਾਂ ਉਹਦੀਆਂ ਜ਼ਰੂਰ ਸੁਣਾਵਾਂਗੇ ਤੁਹਾਨੂੰ ਜਿਸ ਮਾਂ ਦੇ ਆ ਭੁਖਿਆਂ ਨੂੰ ਕਿਹੜੇ ਨਾਂ ਨਾਲ ਆਖ ਬੁਲਾਈਏ ਜਿਸ ਮਾਂ ਦੇ ਆ ਭੁਖਿਆਂ ਨੂੰ ਕਿਹੜੇ ਨਾਂ ਨਾਲ ਆਖ ਬੁਲਾਈਏ ਜੇ ਨੂੰ ਪਿਆਰ ਦੀ ਸਾਰ ਨਹੀਂ ਉਹਦੇ ਨਾਲ ਨਾ ਸਾਖ ਬਣਾਈਏ ਜੇ ਨੂੰ ਪਿਆਰ ਦੀ ਸਾਰ ਨਹੀਂ ਉਹਦੇ ਨਾਲ ਨਾ ਸਾਖ ਬਣਾਈਏ ਜਿਸਮਾਂ ਦੇ ਆ ਭੁੱਖਿਆਂ ਨੂੰ ਕਿਹੜੇ ਨਾਂ ਨਾਲ ਆਖ ਬੁਲਾਈਏ ਸੋਚਿਆ ਨਹੀਂ ਸੀ ਤੈਨੂੰ ਆਪਣਾ ਬਣਾ ਮਾਗੀ ਤੇਰੇ ਪਿਆਰੇ ਵਿੱਚ ਹਾਏ ਮੈਂ ਕਮਲੀ ਕਹਾ ਮਾਗੀ ਜਿਹੜਾ ਪਿੱਠ ਪਿੱਛੇ ਵਾਰ ਕਰੇ ਉਹਨੂੰ ਕਦੇ ਨਾ ਯਾਰ ਬਣਾਈਏ ਜਿਸਮਾਂ ਦੇ ਆ ਭੁੱਖਿਆਂ ਨੂੰ ਕਿਹੜੇ ਨਾਂ ਨਾਲ ਆਖ ਬੁਲਾਈਏ ਕਿਹੜੇ ਨਾਂ ਨਾਲ ਆਖ ਬੁਲਾਈਏ ਕਦੇ ਪੋਣੀ ਵਾਂਗੂੰ ਢੁੱਲੀ ਤੂੰ ਫਿਰ ਸੁਪਨੇ ਵਾਂਗੂ ਭੁੱਲੀ ਤੂੰ ਹੁਣ ਮੱਛੀ ਵਾਂਗੂ ਤੜਫਦਾਏ ਮੱਛੀ ਵਾਂਗੂ ਤੜਫਦਾਏ ਸਰੀਰ ਹੱਤ ਨਾ ਸੋਵੇ ਨਿਦਲ ਤੇਰੀ ਨਿਦਲ ਤੇਰੀ ਜਾਨ ਨੂੰ ਰੋਵੇ ਨਿਦਲ ਤੇਰੀ ਜਾਨ ਨੂੰ ਰੋਵੇ ਨਿਦਲ ਤੇਰੀ ਜਾਨ ਨੂੰ ਰੋਵੇ ਦਿਲ ਤੇਰੀ ਜਾਨ ਨੂੰ ਰੋਵੇ ਇਹ ਤਾਂ ਕੋਈ ਸਾਡੇ ਨਾਲ ਸਾਂਝ ਪਾਓ ਕਿ ਕਿੰਨਾ ਡਿਫਿਕਲਟ ਹੈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਤੁਹਾਨੂੰ ਇਹ ਪਲੇਟਫਾਰਮ ਮਿਲਿਆ ਸਰ ਇਹਦਾ ਪੁੱਛੋ ਨਾ ਜੀ ਤੁਸੀਂ ਜਿੰਨੀਆਂ ਮੈਂ ਮੁਸ਼ਕਲਾਂ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸ਼ਾਇਦ ਇਹ ਕੋਈ ਕਰੇ ਕੀ ਕਾਰਨ ਕੀ ਕਾਰਨ ਕਿਉਂਕਿ ਜਿਸ ਸਮਾਜ ਦੇ ਵਿੱਚ ਮੈਂ ਆਇਆ ਜਾਂ ਜਿਸ ਪਰਿਵਾਰ ਦੇ ਵਿੱਚ ਮੈਂ ਆਇਆ ਹੂੰ ਉਸ ਪਰਿਵਾਰ ਦੇ ਵਿੱਚ ਮੈਂ ਇੱਥੇ ਤੱਕ ਸਰਵਾਈਵ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਟਫ ਸੀਗਾ ਹੂੰ ਹੂੰ ਬਹੁਤ ੱੱਕੇ ਖਾਦੇ ਗਾਇਕੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੇ ਇੰਨੇ ਸਾਹਮਣਾ ਕਰਨ ਤੋਂ ਇੰਨੇ ਮੁਸ਼ਕਲਾਂ ਸਾਹਮਣਾ ਕਰਨ ਤੋਂ ਬਾਅਦ ਮਾਲਕ ਨੇ ਮੈਨੂੰ ਹੁਣ ਥੋੜਾ ਪਤਾ ਇਹ ਗਾਇਕੀ ਦੀ ਜਿਹੜੀ ਆ ਬਖਸ਼ਿਸ਼ ਕੀਤੀ ਹੈ ਹਾਂ ਪ੍ਰੰਤੂ ਜਿੱਦਾਂ ਆਪਾਂ ਜਿਹੜਾ ਸਵਾਲ ਮੇਰਾ ਉਹ ਇਹੀ ਆ ਕਿ ਮੁਸ਼ਕਲਾਂ ਦਾ ਸਾਹਮਣਾ ਜੀ ਤੇ ਤੁਸੀਂ ਕਹ ਬਹੁਤ ਕਰਨਾ ਪਿਆ ਕੋਈ ਐਸੀ ਮੁਸ਼ਕਲਤੀ ਸਾਝ ਪਾਓ ਸਾਡੇ ਨਾਲ ਕਿ ਜਿਹੜੀ ਤੁਹਾਨੂੰ ਹਮੇਸ਼ਾ ਤੁਹਾਡੇ ਅੱਖਾਂ ਮਰੇ ਘੁੰਮਦੀ ਰਹਿੰਦੀ ਹੈ ਕਿ ਯਾਰ ਕੀ ਬਾਤ ਹੈ ਤੁਹਾਨੂੰ ਉਹ ਤਾਂ ਹੁਣ ਫੀਲ ਵੀ ਚੰਗਾ ਹੁੰਦਾ ਕਿ ਮੈਂ ਹੁਣ ਮਤਲਬ ਕਿਤੇ ਪਹੁੰਚਾ ਹੈਗਾ ਜਿੱਦਾਂ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀਗੀ ਉਸ ਬਾਅਦ ਮੇਰੇ ਕੋਈ ਮਲਕੀ ਜਾਣ ਵਾਲੇ ਸੀ ਉਹਨਾਂ ਦੇ ਕੋਲ ਮੈਂ ਗਿਆ ਉਹਨਾਂ ਨੇ ਕਾਫੀ ਦੇਰ ਤੱਕ ਮਲਕ ਮੈਨੂੰ ਰਿਕਾਰਡ ਵੀ ਕੀਤਾ ਪਰ ਉਹ ਉਹ ਐਲਬਮ ਵੀ ਉਹਨਾਂ ਕੋਲ ਮੇਰੇ ਭਾਈ ਉਹਨਾਂ ਕੋਲ ਬਟ ਉਹ ਅਜੇ ਤੱਕ ਰਿਲੀਜ਼ ਨਹੀਂ ਹੋ ਪਾਈ ਤੇ ਉਹ ਮੈਂ ਉਹ ਬਹੁਤ ਬਈ ਸਭ ਨੇ ਨਾ ਵੇਟ ਕੀਤੀ ਉਸ ਐਲਬਮ ਦੀ ਹੂੰ ਹੂੰ ਤੇ ਅਜੇ ਤੱਕ ਵੀ ਉਹ ਮਾਰਕੀਟ 'ਚ ਨਹੀਂ ਆਈ ਓਕੇ ਸੋ ਉਹਦੇ ਵਿੱਚ ਤਾਂ ਮੈਂ ਜਿਸ ਵੇਲੇ ਗੁਰੂ ਜੀ ਉਹਨਾਂ ਕੋਲ ਗਿਆ ਸੀਗਾ ਪ੍ਰੋਫੈਸਰ ਵੀ ਐਸ ਨਾਰੰਗ ਜੀ ਉਹਨਾਂ ਕੋਲ ਹੂੰ ਹੂੰ ਤੇ ਜਿਸ ਵੇਲੇ ਮੈਨੂੰ ਸ਼ੁਰੂਆਤ ਹੋਈ ਉਹਨਾਂ ਨੇ ਇੱਕ ਗੱਲ ਦੱਸੀ ਸੀ ਕਹਿੰਦੇ ਬੇਟੇ ਤੂੰ ਸਿੱਖਣਾ ਚਾਹੁੰਦਾ ਤੇਰੇ ਕੋਲ ਪੇਸ਼ੈਂਸ ਹੈ ਮੈਂ ਜੀ ਪੇਸ਼ੈਂਸ ਤਾਂ ਬਹੁਤ ਹੈ ਮੇਰੇ ਕੋਲ ਉਹਨੇ ਇੱਕ ਗੱਲ ਮੈਨੂੰ ਸਮਝਾਈ ਕਹਿੰਦੇ ਰਾਹ ਕਿ ਹਰ ਮੀਲ ਪੱਥਰ ਤੇ ਲਿਖ ਦੋ ਕਿ ਮੰਜ਼ਿਲ ਮਿਲਦੀ ਨਹੀਂ ਨਾਕਾਮ ਇਰਾਦوں ਸੇ ਹਮ ਇਨਸਾਨ ਤੇ ਜਿਹੜੇ ਡਿਟਰਮੀਨੇਸ਼ਨ ਆ ਸੋਲਿਡ ਹੋਣੀ ਚਾਹੀਦੀ ਮੰਜ਼ਿਲ ਤੁਹਾਡੇ ਆਪਣੇ ਕਦਮ ਜੁਮੂਗੀ ਉਹ ਗੱਲ ਮੈਂ ਅੱਜ ਵੀ ਬੱਲੇ ਬੰਨੀ ਹੋਈ ਆ ਚੁੱਪ ਕਰਕੇ ਉਹ ਸਬਰ ਕਰਕੇ ਬੈਠਾ ਹਾਂ ਮਾਲਕ ਨੇ ਮੇਰੀ ਚੋੜੀ ਸਾਰਾ ਕੁਝ ਬਾਣਾ ਮੈਨੂੰ ਪਤਾ ਕਿਦੋਂ ਮੈਂ ਮਿਹਨਤ ਕਰ ਰਿਹਾ ਗਾਇਕੀ ਤੋਂ ਇਲਾਵਾ ਹੋਰ ਵੀ ਕੋਈ ਸ਼ੌਕ ਨਹੀਂ ਗਾਇਕੀ ਜ਼ਿਆਦਾ ਮੈਂ ਵੈਸੇ ਦਾ ਮੈਂ ਡਾਕਟਰੀ ਵੀ ਕੀਤੀ ਆ ਵਾਹ ਜੀ ਵਾਹ ਡਾਕਟਰੀ ਕਾਦੀ ਕੀਤੀ ਆ ਮੈਂ ਮੈਡਟੇਟ ਮੈਸਰ ਦਾ ਕੋਰਸ ਕੀਤਾ ਹੈ ਓਕੇ ਤੇ ਮੈਨੂੰ ਇਹ ਯਾਦ ਆ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਕਾਲਜ ਦੇ ਵਿੱਚ ਇੰਟਰੈਂਸ ਕੀਤੀ ਸੀਗੀ ਮੈਂ ਆਫਟਰ ਪਲੱਸ 2 ਮੈਂ ਘਰ ਬੈਠਾ ਹੀ ਤਾਂ ਡੀਏਵੀ ਕਾਲਜ ਤੋਂ ਮੈਨੂੰ ਸੱਦਾ ਆਇਆ ਸੀਗਾ ਹੂੰ ਤੇ ਮੈਂ ਫਿਰ ਉੱਥੇ ਜਦੋਂ ਐਡਮਿਸ਼ਨ ਲਈ ਤੇ ਮੈਨੂੰ ਫਿਰ ਗੁਰੂ ਜੀ ਹੋਣਾ ਇੰਨੀ ਮਿਹਨਤ ਕਰੇ ਫਿਰ ਮੈਂ ਯੂਨੀਵਰਸਿਟੀ ਬਿਨਰ ਰਿਆ ਓਕੇ ਹੋਰ ਵੀ ਬਹੁਤ ਸਾਰੇ ਮੇਰੇ ਇਦਾਂ ਦੇ ਐਕਸਪੀਰੀਅੰਸ ਹੈਗੇ ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਜਿਹੜਾ ਯੂਨੀਵਰਸਿਟੀ ਦੇ ਵਿੱਚ ਤੁਸੀਂ ਵਿੱਚ ਗੀਤ ਗਾਇਆ ਉਹ ਕਿਹੜਾ ਗੀਤ ਸੀ ਗਿੱਤ ਉਹ ਮਾਇਆ ਸੀ ਜੀ ਪੰਜਾਬ ਦਾ ਫੋਕ ਫੋਕ ਤੇ ਉਹਦੇ ਵੀ ਦੋ ਲਫ਼ਜ਼ ਹੋ ਜਾਣ ਜੀ ਜ਼ਰੂਰ ਦੋ ਕਾਰਾਂ ਬਜ਼ਾਰਾਂ ਆਂ ਵੇ ਦੋ ਕਾਰਾਂ ਬਜ਼ਾਰਾਂ ਮਾਇਆ ਮੈਨੂੰ ਛਿੜਕੀ ਨਾ ਮਾਇਆ ਮੈਨੂੰ ਛਿੜਕੀ ਨਾ ਮੈਂ ਤਾਂ ਕਰਨ ਦੀਦਾਰ ਆਇਆ ਮਾਇਆ ਮੈਨੂੰ ਛੇੜ ਕੇ ਨਾ ਮੈਂ ਤਾਂ ਕਰਨ ਦੀਦਾਰ ਆਇਆ ਮਾੜਾ ਸੋਚੀ ਨਸ਼ ਦੇਣ ਸਾਡੇ ਬਾਰੇ ਨਹੀਂ ਤੂੰ ਤੇ ਸਾਡੇ ਪਿੰਡ ਦੀ ਕੁੜੀ ਤੇਰੇ ਬਾਰੇ ਨੇ ਵਿਚਾਰ ਸਾਡੇ ਮਾੜੇ ਨੀ ਤੂੰ ਤੇ ਸਾਡੇ ਪਿੰਡ ਦੀ ਕੁੜੀ ਆਉਂਦਾ ਜਾਂਦਾ ਤੇਰੀ ਮਾਂ ਦੇ ਪੈਰਾਂ ਨੂੰ ਮੈਂ ਹੱਥ ਲਾ ਕੇ ਢੇਰ ਸਾਰਾ ਲੁੱਟਦਾ ਪਿਆਰ ਨਹੀਂ ਉਹਦੀਆਂ ਦੁਆਵਾਂ ਦਾ ਤੇ ਜਦੋਂ ਤੱਕ ਜ਼ਿੰਦਗੀ ਹੈ ਸਦਾ ਹੀ ਰਵਾਂਗਾ ਦੇਨਦਾਰ ਨਹੀਂ ਉਹਦੀ ਚੁੰਨੀ ਤੇ ਨਹੀਂ ਜਾਂਦੇ ਛਿੱਟੇ ਮਾਰੇ ਨਹੀਂ ਤੂੰ ਤੇ ਸਾਡੇ ਪਿੰਡ ਦੀ ਕੁੜੀ ਤੇਰੇ ਬਾਰੇ ਨੀ ਵਿਚਾਰ ਸਾਡੇ ਮਾੜੇ ਤੇਰੇ ਬਾਰੇ ਨੀ ਵਿਚਾਰ ਸਾਡੇ ਮਾੜੇ ਨੀ ਤੂੰ ਤੇ ਸਾਡੇ ਪਿੰਡ ਦੀ ਕੁੜੀ ਵਾਹ ਜੀ ਬਹੁਤ ਅੱਛਾ ਜੀ ਕੌਣ ਨੇ ਇਹ ਸ਼ਾਇਰ ਇਹ ਕਲਮ ਬੰਦ ਜਿਨ੍ਹਾਂ ਨੇ ਕੀਤਾ ਇਹ ਜੀ ਬਲਬਤਾਲੇ ਤੋਂ ਆ ਜੀ ਅੱਛਾ ਜੀ ਪ੍ਰਿੰਸੀ ਇੱਥੇ ਮੈਂ ਇੱਕ ਸਵਾਲ ਤੁਹਾਨੂੰ ਬਹੁਤ ਇਹ ਅਹਿਮਤ ਜਿਹਾ ਸਵਾਲ ਆ ਵੈਸੇ ਆਮ ਨੂੰ ਮੈਂ ਕਈ ਵਾਰੀ ਕਰਨਾ ਵੀ ਚਾਹੁੰਦਾ ਹੁੰਨਾ ਹਾਂ ਖਾਸ ਤੌਰ ਤੇ ਜਦੋਂ ਆਪਾਂ ਗੀਤਾਂ ਵੱਲ ਵਧਦੇ ਆ ਆਮ ਕਲਾਕਾਰ ਕੀ ਬ੍ਰਿਸ਼ਟੀ ਇਤਿਜਾ ਕੇ ਨਾ ਰਾਈਟਰ ਦਾ ਨਾਮ ਨਹੀਂ ਲੈਣਾ ਕਿ ਵੀ ਪਸੰਦ ਕਰਦੇ ਕਿ ਜਿਹਨੇ ਕਲਮ ਬੰਦ ਕੀਤਾ ਹੁੰਦਾ ਜੀ ਇਸੇ ਕਰਕੇ ਮੈਂ ਤੁਹਾਨੂੰ ਪੁੱਛਿਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਕਿੰਨਾ ਕੁ ਸਮਝਦੇ ਹੋ ਕਿ ਜਿਹੜਾ ਕਲਮ ਬੰਦ ਕਰਦਾ ਕਿਸੇ ਗੀਤ ਨੂੰ ਜੀ ਔਰ ਤੁਸੀਂ ਉਹਨੂੰ ਆਪਣੀ ਗਾਇਕੀ 'ਚ ਢਾਲ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਤਲਬ ਇਹਦੇ ਬਾਰੇ ਕਿ ਤੁਹਾਨੂੰ ਇਹ ਮਤਲਬ ਸ਼ਾਇਰ ਬਾਰੇ ਦੱਸਣਾ ਚਾਹੀਦਾ ਕਿ ਲਵੇ ਕਿ ਦੀ ਜਰੂਰ ਦੱਸਣਾ ਚਾਹੀਦਾ ਮੈਂ ਅਕਸਰ ਨਾਮ ਲੈਣਾ ਹਾਂ ਹੂੰ ਜਦੋਂ ਮੈਂ ਗੀਤ ਕੋਈ ਪਰਫਾਰਮ ਕਰਦਾ ਮੈਂ ਅਕਸਰ ਲੈਣਾ ਹੁੰਦਾ ਨਾ ਇਹ ਜੁਗ ਜੁਗ ਵਸਦੇ ਰਹਿਣ ਪੰਜਾਬੀ ਵਿਚ ਪਰਦੇਸਾਂ ਦੇ ਜੁਗ ਜੁਗ ਵਸਦੇ ਰਹਿਣ ਪੰਜਾਬੀ ਵਿਚ ਪਰਦੇਸਾਂ ਦੇ ਹੋ ਸਦਾ ਹੀ ਅਸਦੇ ਰਹਿਣ ਪੰਜਾਬੀ ਵਿਚ ਪਰਦੇਸਾਂ ਦੇ ਹੋ ਸਦਾ ਹੀ ਅਸਦੇ ਰਹਿਣ ਪੰਜਾਬੀ ਵਿਚ ਪਰ ਦਿਸੰਦੇ ਸੋਡੀ ਸਾਬ ਉਹਦੇ ਵਿੱਚ ਇੱਕ ਅੰਤਰਾ ਸੀ ਆਪਣੇ ਵੀਰਾਂ ਉੱਤੇ ਡਾਡਾ ਹਾਏ ਮਾਨ ਵੀਰਾਂ ਨੂੰ ਮਿਹਨਤ ਕਰਕੇ ਬਦਲੀ ਜਾਂਦੇ ਨੇ ਤਕਦੀਰਾਂ ਨੂੰ ਮਿਹਨਤ ਕਰਕੇ ਬਦਲੀ ਜਾਂਦੇ ਨੇ ਤਕਦੀਰਾਂ ਨੂੰ ਹੱਪ ਫੱਟੇ ਚੱਕਦੇ ਰਹਿਣ ਪੰਜਾਬੀ ਵਿੱਚ ਪਰਦੇਸਾਂ ਦੇ ਜੁਗ-ਜੁਗ ਵਸਦੇ ਰਹਿਣ ਪੰਜਾਬੀ ਵਿੱਚ ਪਰਦੇਸਾਂ ਦੇ ਜੁਗ-ਜੁਗ ਵਸਦੇ ਰਹਿਣ ਪੰਜਾਬੀ ਵਿੱਚ ਪਰਦੇਸਾਂ ਦੇ ਵਾਹ ਜੀ ਵਾਹ ਮੈਂ ਜਦੋਂ ਛੋਟੀ ਸਭ ਕਬੱਡੀ ਖੇਡਦਾ ਸੀ ਮੇਰੇ ਹਨਾ ਅਚਾਨਕ 60 ਵਜ ਗਈ ਹਲਾਤਾ ਤੇ ਪਰ ਮੈਂ ਕਬੱਡੀ ਨਹੀਂ ਛੱਡੀ ਹਮਮ ਨਾਲ ਨਾਲ ਕਰੇ ਮਿਮੈਂਟ ਕਰੀ ਗਿਆ ਨਾਲ ਨਾਲ ਫਿਰ ਬਾਅਦ ਵਿੱਚ ਅਸੀਂ ਜਿੱਦਾਂ ਹੁਣ ਗਰੁੱਪ ਵੀ ਬਣਾਇਆ ਫਿਰ ਵੀ ਉੱਤੋਂ ਬਾਅਦ ਵੀ ਕਬੱਡੀ ਦੇ ਨਾਲ ਹੋਣ ਤਾਂ ਹੀ ਆ ਚੱਲ ਰਹੇ ਆ ਤੁਸੀਂ ਪਿੱਛੇ ਜੇ ਤੁਹਾਡਾ ਕਬੱਡੀ ਵਾਲਾ ਗੀਤ ਵੀ ਆਇਆ ਸੀ ਕਿਉਂਕਿ ਮੈਂ ਉਹ ਵੀ ਸੌਣੇ ਨੂੰ ਮਿਲਿਆ ਤੇ ਕਿਉਂਕਿ ਦਰਸ਼ਕਾਂ ਨੂੰ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿ ਕਿਵੇਂ ਕਬੱਡੀ ਦਾ ਗੀਤ ਤੁਸੀਂ ਕਿਤੋਂ ਲਿਖਵਾਇਆ ਕਿਵੇਂ ਗਾਇਆ ਇਹ ਸਾਡੇ ਵੱਡੇ ਭਾਈ ਚਲਮਣ ਸਿੰਘ ਢੰਡਾ ਵਾਲਾ ਢੰਡਾ ਸਾਹਿਬ ਨੇ ਲਿਖਿਆ ਸੀ ਤੇ ਇਹਦਾ ਮਿਊਜ਼ਿਕ ਵੀ ਕਿਟੂਬ ਸਾਹਿਬ ਨੇ ਦਿੱਤਾ ਸੀ ਤੇ ਇਸ ਇਹਦੇ ਦੋ ਬੋਲ ਦੋ ਆਪਣੇ ਬੋਲ ਤੁਹਾਡੇ ਸਾਹਮਣੇ ਪੇਸ਼ ਕਰਦਾ ਹੂੰ ਪਾਉਂਦੇ ਭੰਗੜਾ ਤੱਕ ਖੇਡਣ ਕਬੱਡੀਆਂ ਪੁੱਤਿਓ ਪੰਜਾਬੀ ਮਾਵਾਂ ਦੇ ਮੱਲਾ ਮਾਰਦੇ ਹਾਏ ਨਹੀਂ ਮੱਲਾ ਮਾਰਦੇ ਮੱਲਾ ਮਾਰਦੇ ਨੇ ਜੋਦੇ ਨਿੱਤ ਵੱਡੀਆਂ ਪੁੱਤਿਓ ਪੰਜਾਬੀ ਮਾਵਾਂ ਦੇ ਪਾਉਂਦੇ ਭੰਗੜਾ ਤੱਕ ਖੇਡਣ ਕਬੱਡੀਆਂ ਪੁੱਤਿਓ ਪੰਜਾਬੀ ਮਾਵਾਂ ਦੇ اپنی مدر ਨੂੰ انڈیا ਤੋਂ ਇੱਥੇ ਲੈ ਕੇ ਆਉਂਦਾ ਬੁਲਾਉਂਦਾ ਆ ਜਦੋਂ ਮਦਰ ਇੱਥੇ ਆ ਜਾਂਦੀ ਆ ਇੱਕ ਦੋ ਦਿਨ ਤੇ ਉਹਦੇ ਘਰ ਵਾਲੀ ਉਹਨਾਂ ਚੰਗਾ ਆਪ ਭਗਤ ਕਰਦੀ ਆ ਤੇ ਬਾਅਦ ਵਿੱਚ ਤੁਹਾਨੂੰ ਪਤਾ ਹੀ ਐ ਐਂ ਟੀਟ ਦਿਖਾਉ ਲਈ ਆ ਉੱਥੋਂ ਗਾਣਾ ਹੀ ਸਟਾਰਟ ਕੀਤਾ ਫਿਰ ਕਈਆਂ ਕਈ ਕਹਿੰਦੇ ਵੀ ਆ ਗਾਣਾ ਕੀ ਲਿਖਿਆ ਆ ਇਹਨਾਂ ਨੇ ਆਈ ਡੋਟ ਲਾਈਕ ਮਾਈ ਸੱਸ ਹੋਵੇ ਹਨ ਮੈਂ ਤੁਹਾਡੇ ਸਾਹਮਣੇ ਦੋ ਬੋਲ ਉਹਦੇ ਪੇਸ਼ ਕਰਨ ਦਾ ਹਾਂ ਜਰੂਰ ਜਰੂਰ ਜੀ ਹੋ ਵਿੱਚ ਬਲ ਹੈ ਤੇ ਡੇਢੇਰਾ ਲਾ ਕੇ ਵਿੱਚ ਵਲਿਆ ਤੇ ਡੇਰਾ ਲਾ ਕੇ ਪੱਲੇ ਰਹਾ ਨਾ ਕੱਖਵੇ ਮਾਂ ਮੇਰੀ ਕਹਿੰਦੀ ਆਈ ਡੋਂਟ ਲੱਕ ਮਾਈ ਸੱਸਵੇ ਨਾ ਮੇਰੀ ਕਹਿੰਦੀ ਆਈ ਡੋਂਟ ਲੱਕ ਮਾਈ ਸੱਸਵੇ ਨਾ ਮੇਰੀ ਕਹਿੰਦੀ ਬੁਲਟ ਜੀ ਬਹੁਤ ਚੰਗਾ ਲੱਗਾ ਕਿ ਤੁਸੀਂ ਹਕੀਕਤ ਦੇ ਨਾਲ ਕਾਫੀ ਜੁੜੇ ਹੋ ਔਰ ਹਕੀਕਤ ਦੀਆਂ ਗੱਲਾਂ ਨੇ ਦੇਖੋ ਜੀ ਇਹਦੇ ਸਿਆਣੇ ਸਾਰਿਆਂ ਨੇ ਕਿਹਾ ਵੀ ਜੇ ਤੁਸੀਂ ਸੱਚ ਬੋਲੋਗੇ ਸੱਚ ਕੇ ਨਾ ਕੇ ਨਾ ਬਈਮਾਨੀ ਨ ਕਰੋਗੇ ਸੱਚ ਤੁਹਾਨੂੰ ਸਾਰੇ ਜਾਣਗੇ ਵਾਕਿਆ ਵੀ ਬੰਦਾ ਸੱਚਾ ਸੱਚ ਪਰ ਸਮਝਣਾ ਇਹਣਾ ਹਾਂਜੀ ਹਾਂਜੀ ਜਿੱਥੇ ਹੁਣ ਇਹ ਗੀਤ ਨੂੰ ਤੁਸੀਂ ਮਤਲਬ ਸੱਚੀ ਗੱਲ ਜਿਹੜੀ ਤੁਸੀਂ ਦੱਸੀ ਹੈ ਕਿ ਸਟੋਰੀ ਵੀ ਹੈ ਔਰ ਸਾਡੀਆਂ ਸਮਾਜ ਦੇ ਵਿੱਚ ਇਹ ਚੀਜ਼ਾਂ ਕਰੂਤੀਆਂ ਹੈਗੀਆਂ ਵੀ ਹੈ ਤੇ ਸਾਡੇ ਇਸ ਪ੍ਰੋਗਰਾਮ ਦੇ ਐਪੀਸੋਡ ਦਾ ਤੁਸੀਂ ਜਰੂਰ ਆਨੰਦ ਮਾਣਿਆ ਹੋਵੇਗਾ ਤੇ ਅਗਲੇ ਐਪੀਸੋਡ ਤਾਈ ਤੁਹਾਡਾ ਅਸੀਂ ਵੀ ਇੰਤਜ਼ਾਰ ਕਰਦੇ ਹਾਂ ਤੇ ਤੁਹਾਨੂੰ ਵੀ ਇੰਤਜ਼ਾਰ ਕਰਨਾ ਪਵੇਗਾ ਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ